ਸਤਿ ਸ੍ਰੀ ਅਕਾਲ ਨਮਸਤੇ ਸਲਾਮ ਅਲੈਕੁਮ ਜੀ ਸਾਰਿਆਂ ਦਾ ਸਵਾਗਤ ਹੈ ਪੰਜਾਬੀ ਪੈਰਿਸ ਤੋਂ YouTube ਚੈਨਲ ਦੇ ਉੱਪਰ ਯਾਦਵਿੰਦਰ ਸਿੰਘ ਬਰਾੜ ਵੱਲੋਂ ਸਭ ਤੋਂ ਪਹਿਲੀ ਜਿਹੜੀ ਖਬਰ ਆ ਰਹੀ ਹੈ ਜੀ ਫਰਾਂਸ ਦੇ ਵਿੱਚ ਇੱਕ ਨਿਊਜ਼ਪੇਪਰ ਆ ਜੀ ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਜਿੰਨੇ ਵੀ ਰੈਸਟੋਰੈਂਟ ਬਾਰ ਤੇ ਕੈਫੇ ਬਾਰ ਬੰਦ ਨੇ ਇਹ ਹੋ ਸਕਦਾ ਹੈ ਕਿ 15 ਜਨਵਰੀ ਤੱਕ ਬੰਦ ਰਹਿਣਗੇ ਵੀ ਸਰਪਲਸ ਕਿਸੇ ਵੀ ਤਰ੍ਹਾਂ ਦਾ ਗਾਹਕ ਨਹੀਂ ਕਰ ਸਕਦੇ ਵੀ ਹਜੇ ਆਫੀਸ਼ੀਅਲੀ ਐਲਾਨ ਨਹੀਂ ਆਇਆ ਵੀ ਗਵਰਨਮੈਂਟ ਵੱਲੋਂ ਐਲਾਨ ਨਹੀਂ ਆਇਆ ਸਿਰਫ ਇਹ ਨਿਊਜ਼ ਪੇਪਰ ਵਾਲਿਆਂ ਨੇ ਅੰਦਰਲੀਆਂ ਖਬਰਾਂ ਦਾ ਖੁਲਾਸਾ ਕੀਤਾ ਕਿ ਆਹ ਕੁਝ ਚੱਲ ਰਿਹਾ ਹੈ ਕਿ ਹੋ ਸਕਦਾ ਹੈ ਕਿ 15 ਜਨਵਰੀ ਤੱਕ ਰੈਸਟੋਰੈਂਟ ਬਾਰ ਤੇ ਕੈਫੇ ਬਾਰ ਸਿਰਫ ਲਬਰੀਜ਼ਮ ਪੁਖਤੇ ਦਾ ਹੀ ਕੰਮ ਕਰਨਗੇ ਸਰਪਲੱਸ ਕਿਸੇ ਵੀ ਗਾਹਕ ਨੂੰ ਜਿਹੜਾ ਕਿ ਇੰਟਰ ਨਹੀਂ ਹੋਣ ਦਿੱਤਾ ਜਾਊਗਾ ਤੇ ਦੁਕਾਨਾਂ ਬਾਰੇ ਮੈਂ ਤੁਹਾਨੂੰ ਕੱਲ ਦੱਸ ਹੀ ਦਿੱਤਾ ਸੀ ਚਾਹੇ ਕਿਸੇ ਦੀ ਕੋਈ ਵੀ ਦੁਕਾਨ ਆ ਉਹਨਾਂ ਬਾਰੇ ਐਲਾਨ ਇਸੇ ਮਹੀਨੇ ਦੇ ਵਿੱਚ ਵਿੱਚ ਸ਼ੁੱਕਰਵਾਰ ਤੱਕ ਆ ਸਕਦੇ ਹੈ ਮਿਨਿਸਟਰ ਔਫ ਇਕਨੋਮੀ ਬਰੂਨੋ ਲਾ ਮਹਿਰ ਵੱਲੋਂ ਜਿਹੜੇ ਕਿ ਇਸ ਕਮਰਸਾਂ ਨੂੰ ਲੈ ਕੇ ਜਿਹੜੇ ਕਿ ਐਲਾਨ ਕੀਤੇ ਜਾਣਗੇ ਵੀ ਉਹ ਕਦੋਂ ਤੱਕ ਜਿਹੜੇ ਕਮਰਸ ਖੁੱਲ ਸਕਦੇ ਹੈ ਹੋ ਸਕਦਾ ਹੈ ਨੋਇਲ ਤੋਂ ਪਹਿਲਾਂ ਥੋੜੇ ਦਿਨ ਖੋਲ ਦੇਣ ਜਾਂ ਨਵੇਂ ਸਾਲ ਦੇ ਉੱਪਰ ਖੋਲਣ ਦੀ ਕਮਰਸ ਇਜਾਜ਼ਤ ਮਿਲ ਸਕਦੀ ਆ ਇਹ ਜਿਹੜਾ ਕੀ ਫੈਸਲਾ ਆਉਂਦਾ ਇਹ ਸ਼ੁੱਕਰਵਾਰ ਨੂੰ ਹੀ ਪਤਾ ਲੱਗੂਗਾ ਫ੍ਰਾਂਸ ਦੇ ਸਿਹਤ ਮੰਤਰੀ ਵੱਲੋਂ ਜਿਹੜਾ ਕਿ ਐਲਾਨ ਆਇਆ ਤੇ ਉਹਨਾਂ ਨੇ ਕਿਹਾ ਆ ਕਿ ਪਹਿਲੀ ਦਸੰਬਰ ਤੋਂ ਜਿਹੜਾ ਕਿ ਪੇਪਰ ਆ ਉਹ ਭਰਨਾ ਫੇਰ ਵੀ ਜ਼ਰੂਰੀ ਰਹੇਗਾ ਜਿੱਦਾਂ ਹੁਣ ਆਪਾਂ ਭਰਦੇ ਆ 37 ਸਸਿਓ ਘਰ ਤੋਂ ਬਾਹਰ ਜਾਣ ਵਾਸਤੇ ਚਾਹੇ ਕੰਮ ਤੇ ਚੱਲੇ ਚਾਹੇ ਕਿਤੇ ਵੀ ਚੱਲੇ ਆ ਇਹੀ ਜਿਹੜਾ ਪੇਪਰ ਆ ਇਹ ਕੰਟੀਨਿਊ ਹੀ ਚੱਲਣਾ ਆ ਜਿੰਨੀ ਦੇਰ ਤੱਕ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਕਿ ਨਵਾਂ ਐਲਾਨ ਜਾਂ ਨਵਾਂ ਕੋਈ ਆਰਡਰ ਨਹੀਂ ਹੁੰਦਾ ਜਾਂ ਜਨਰੀ ਦੇ ਤੱਕ ਉਹ ਨਹੀਂ ਕਹਿੰਦੇ ਕਿ ਅੱਜ ਤੋਂ ਬਾਅਦ ਪੇਪਰ ਦੀ ਲੋਡ ਨਹੀਂ ਹੈਗੀ ਉਹਨਾਂ ਨੇ ਕਿਹਾ ਹੈ ਚਾਹੇ ਲਾਕਡਾਊਨ 1 ਦਸੰਬਰ ਤੱਕ ਦਸੰਬਰ ਤੱਕ ਆ ਪਰ 1 ਦਸੰਬਰ ਤੋਂ ਬਾਅਦ ਵੀ 31 87 ਦੀ ਲੋਡ ਪਾਉਗੀ ਘਰ ਤੋਂ ਨਿਕਲਣ ਵਾਸਤੇ ਇਹਦੇ ਬਾਰੇ ਸਵਾਲ ਕਾਫੀ ਆ ਰਹੇ ਸੀਗੇ ਕਿ ਇੱਕ ਤਰੀਕ ਤੋਂ ਬਾਅਦ ਸ਼ਾਇਦ ਪੇਪਰ ਖਤਮ ਕਰ ਦੇਣਾ ਆ ਪਰ ਉਹ ਕੰਟੀਨਿਊ ਹੀ ਚੱਲਣਾ ਜਿੱਦਾਂ ਇਸ ਟਾਈਮ ਚੱਲ ਰਿਹਾ ਹੈ ਤੇ ਇਸ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਲੋਕਡਾਊਨ ਦੇ ਹੋਰ ਜਿਹੜੇ ਕਿ ਦਿਨ ਉਹ ਵੱਧ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਸਿੰਦੈਨੀ ਵਾਲੇ ਏਰੀਏ ਦੇ ਵਿੱਚ 2000 ਤੋਂ ਵੱਧ ਜਿਹੜੇ ਕਿ ਆਪਾਂ ਕਹਿ ਸਕਦੇ ਹਾਂ ਕਿ ਰਿਫਿਊਜੀ ਜਾਂ ਪ੍ਰਵਾਸੀ ਲੋਕ ਨੇ ਜਿਹੜੇ ਕਿ ਅਲੱਗ-ਅਲੱਗ ਕੰਟਰੀਆਂ ਤੋਂ ਆਏ ਹੋਏ ਤੇ ਉਹ ਇੱਕ ਪੁਲ ਦੇ ਕੋਲੇ ਖੁੱਲੀ ਜਗ੍ਹਾ ਦੇ ਵਿੱਚ ਕੈਂਪ ਲਗਾ ਕੇ ਨਿੱਕੇ-ਨਿੱਕੇ ਉਹਨਾਂ ਨੇ ਆਪਣੀਆਂ ਝੌਂਪੜੀਆਂ ਬਣਾ ਕੇ ਬੈਠੇ ਹੋਏ ਨੇ 2000 ਤੋਂ ਵੱਧ ਜਿਹੜੇ ਕੋ ਉਹ ਕੈਂਪ ਲੱਗੇ ਹੋਏ ਨੇ ਉਸ ਏਰੀਆ ਦੇ ਵਿੱਚ ਸੰਦਾਨੀ ਦੇ ਜਿਹਦੇ ਵਿੱਚ ਤੇ ਉਸ ਏਰੀਆ ਦੇ ਵਿੱਚ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਕਿਸੇ ਦਾ ਮੋਬਾਈਲ ਚੋਰੀ ਹੋ ਗਿਆ ਕਿਸੇ ਦਾ ਪਰਸ ਚੋਰੀ ਹੋ ਗਿਆ ਉਹ ਵਾਰਦਾਤਾਂ ਵੱਧੀਆਂ ਜਾ ਰਹੀਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਗਵਰਨਮੈਂਟ ਉਹਨਾਂ ਦੇ ਖਿਲਾਫ ਵੀ ਕੋਈ ਨਵਾਂ ਕਾਨੂੰਨ ਬਣਾ ਸਕਦੀ ਹੈ ਕਿ ਉਹਨਾਂ ਦਾ ਕੀ ਕਰਨਾ ਕਿਉਂਕਿ ਚੋਰੀਆਂ ਲਗਾਤਾਰ ਉਸ ਏਰੀਆ ਦੇ ਵਿੱਚ ਵੱਧ ਰਹੀਆਂ ਨੇ ਤੇ ਕਿਹਾ ਜਾ ਰਿਹਾ ਕਿ ਉਹਨਾਂ ਦੇ ਵਿੱਚੋਂ ਹੀ ਲੋਕ ਜ਼ਰੂਰਤਾਂ ਨਹੀਂ ਪੂਰੀਆਂ ਹੁੰਦੀਆਂ ਤੇ ਉਹੋ ਜਿਹੜੀਆਂ ਕਿ ਚੋਰੀਆਂ ਕਰ ਰਿਹਾ ਜੀ ਤੇ ਫਰਾਂਸ ਦਾ ਇੱਕ ਏਰੀਆ ਜੀ ਆਊਟ ਪੈਰਸ ਸੰਤੇਨ ਵੱਲ ਸੰਤੇਨ ਵੱਲ ਪਾਸੇ ਤੇ ਉੱਥੇ ਇੱਕ ਪਿੰਡ ਪੈਂਦਾ ਤੇ ਉੱਥੋਂ ਦੀ ਮੈਰੀ ਨੇ ਐਲਾਨ ਕੀਤਾ ਕਿ ਹਰ ਇੱਕ ਨੂੰ 8 ਯੂਰੋ ਦੀ ਟਿਕਟ ਦਿੱਤੀ ਜਾਊਗੀ ਪਰਿਵਾਰ ਦੇ ਹਿਸਾਬ ਦੇ ਨਾਲ ਤੇ ਘਰਾਂ ਦੇ ਵਿੱਚ ਲੈਟਰ ਬਾਕਸਾਂ ਦੇ ਵਿੱਚ ਆਉਣਗੇ ਹਜੇ ਪੈਰਸ ਦਾ ਕੋਈ ਐਲਾਨ ਨਹੀਂ ਆਇਆ ਜੇਕਰ ਕੋਈ ਆਇਆ ਤੇ ਮੈਂ ਤੁਹਾਨੂੰ ਦੱਸ ਦਊਗਾ ਪਿਛਲੀ ਵਾਰ ਵੀ ਬਹੁਤ ਸਾਰੇ ਵੀਰਾਂ ਨੇ ਫੋਨ ਲਾਇਏ ਸੀ ਕਿ ਭਾਜੀ ਸਾਨੂੰ ਟਿਕਟਾਂ ਨਹੀਂ ਮਿਲੀਆਂ ਇਨਗੋ ਕੇ ਟੈਕਟ ਰੈਸਟੋਰੈਂਟ ਮੰਦਗਾ ਨੇ ਖਰਚਾ ਵਾਸਤੇ ਤੇ ਇਹ ਇੱਕ ਮੈਰੀ ਦੇ ਮੇਅਰ ਨੇ ਐਲਾਨ ਕੀਤਾ ਕਿ ਸਾਡੇ ਪਿੰਡ ਦੇ ਵਿੱਚ ਅਸੀਂ 4 ਲੱਖ ਤੋਂ ਵੱਧ ਜਿਹੜਾ ਆ ਯੂਰੋ ਦੇਣਾ ਆ ਲੋਕਾਂ ਨੂੰ ਪਿੰਡ ਦੀ ਆਬਾਦੀ ਕਾਫੀ ਆ ਤੇ ਉਹਨਾਂ ਨੇ ਸਾਰਿਆਂ ਨੂੰ ਘਰੋ ਘਰੀ ਲੈਟਰ ਬਾਕਸਾਂ ਦੇ ਵਿੱਚ ਜਿਹੜੀਆਂ ਉਹ ਟੈਕਟ ਰੈਸਟੋਰੈਂਟ ਨੇ ਖਾਣਾ ਖਾਣ ਵਾਸਤੇ ਉਹ 50 ਦੇਣੀਆਂ ਜੀ ਅਗਲੀ ਖਬਰ ਆ ਜੀ ਟੀਕੇ ਬਾਰੇ ਜਿਹੜੀ ਕਿ ਨਵੀਂ ਅਪਡੇਟ ਆ ਰਹੀ ਹੈ ਜਿਹੜੀ ਕੰਪਨੀ ਬਾਰੇ ਮੈਂ ਤੁਹਾਨੂੰ ਕੱਲ ਦੱਸਿਆ ਸੀ ਜਿਹਾ ਕਿ ਮਾਡਰਨ ਕੰਪਨੀ ਨੇ ਟੀਕਾ ਕੱਢਿਆ ਜਿਹੜਾ ਕਿ 94.5% ੱਕਾ ਹੋਇਆ ਪਾ ਉਸ ਟੀਕੇ ਨੂੰ ਲੈ ਕੇ ਹੀ ਅਮਰੀਕਾ ਦਾ ਜਿਹੜਾ ਪੁਰਾਣਾ ਰਾਸ਼ਟਰਪਤੀ ਸੀਗਾ ਟਰੰਪ ਉਹਨਾਂ ਨੇ ਟਵੀਟ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਮੈਂ ਵਧਾਈ ਦਾ ਪਾਤਰਾਂ ਕਿਉਂਕਿ ਜੋ ਇਸ ਟੀਕੇ ਦੀ ਖੋਜ ਹੋਈ ਆ ਇਹ ਅਮਰੀਕਾ ਦੇ ਵਿੱਚ ਹੋਈ ਹੈ ਤੇ ਇਹ ਕੰਪਨੀ ਦੀ ਜਿਹੜੀ ਖੋਜ ਹੋਈ ਹੈ ਇਹ ਸਾਰੀ ਮੇਰੀ ਦੇਖਰੇਖ ਦੇ ਅ ਦੇਖ ਰੇਖ ਥੱਲੇ ਜਨਿਕ ਮੇਰੀ ਨਿਗਰ ਦੇ ਥੱਲੇ ਹੀ ਸਾਰੀ ਹੋਈ ਆ ਤੇ ਬਹੁਤ ਵਧੀਆ ਗੱਲ ਆ ਜੀ ਟੀਕਾ ਜਿਹੜਾ 94.5% ਕਾਰਾਗਰ ਆ ਤੇ ਜਿਹੜਾ ਨਵਾਂ ਰਾਸ਼ਟਰਪਤੀ ਹੈ ਜੀ ਉਹਨੇ ਵੀ ਇਸ ਚੀਜ਼ ਦੀ ਸਲਾਹਾ ਕੀਤੀ ਆ ਕਿ ਵਧੀਆ ਗੱਲ ਆ ਵੀ ਸਾਡੇ ਅਮਰੀਕਾ ਨੇ ਜਿਹੜਾ ਕਿ ਟੀਕਾ ਇਹ ਬਣਾਇਆ ਗਿਆ ਆ ਤੇ ਕਿਹਾ ਜਾ ਰਿਹਾ ਕਿ ਯੂਰਪ ਤੋਂ ਜਿਹੜੇ ਕਿ ਆਰਡਰ ਆਉਣੇ ਸਟਾਰਟ ਹੋ ਗਏ ਆ ਤੇ ਹੋ ਸਕਦਾ ਹੈ ਤੇ ਯੂਰਪ ਤੋਂ ਸਭ ਤੋਂ ਵੱਡਾ ਆਰਡਰ ਇਸੇ ਕੰਪਨੀ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਤਾ ਜਾ ਸਕਲਾ ਆ ਜਿਦਾਂ ਕਿ ਪਹਿਲਾਂ ਫਾਈਜ਼ਰ ਤੇ ਬਾਇਓਟੈਕ ਵਾਲੀਆਂ ਕੰਪਨੀਆਂ ਨੂੰ ਵੀ ਟੀਕੇ ਦਾ ਆਰਡਰ ਯੂਰਪ ਵਾਲੇ ਆਲਰੇਡੀ ਦੇ ਚੁਕੇ ਆ ਇਹ ਜਿਹੜਾ ਟੀਕਾ ਹੈ ਇਹ ਉਹਨਾਂ ਤੋਂ ਵੱਧ ਕਾਰਾਗਰ ਹੁਣ ਦੇਖਣਾ ਹੋਵੇਗਾ ਵੀ ਕਿਹੜੇ ਟੀਕੇ ਨੂੰ ਸਭ ਤੋਂ ਜ਼ਿਆਦਾ ਜਿਹੜੀ ਆ ਕਿ ਆਰਡਰ ਮਿਲਦੇ ਨੇ ਤੇ ਉੱਥੇ ਗੱਲਬਾਤ ਕਰਾਂਗੇ ਜੀ ਇੰਡੀਆ ਦੀ ਇੰਡੀਆ ਦੇ ਵਿੱਚ ਕਹਿ ਰਹੇ ਆ ਗੱਲ ਸੁਣ ਦੇ ਵਿਚਾਰੀ ਕਿ ਰਸ਼ੀਆ ਵਾਲਾ ਟੀਕਾ ਇੰਡੀਆ ਦੇ ਲੋਕਾਂ ਨੂੰ ਲੱਗੂਗਾ ਕਿਉਂਕਿ ਰਸ਼ੀਆ ਵਾਲਾ ਟੀਕਾ ਵੀ 90% ਤੋਂ ਵੱਧ ਜਿਹੜਾ ਕਿ ਅਸਰਦਾਰ ਆ ਤੇ ਉਸ ਟੀਕੇ ਨੂੰ ਘੱਟ ਟੈਂਪਰੇਚਰ ਦੇ ਉੱਪਰ ਰੱਖਿਆ ਜਾ ਸਕਦਾ ਜਿਹੜੇ ਟੀਕੇ ਇਹੇ ਨੇ ਦੋਵਾਂ ਕੰਪਨੀਆਂ ਦੇ ਇਹਨਾਂ ਨੂੰ ਬਹੁਤ ਜ਼ਿਆਦਾ ਯਾਨੀ ਕਿ ਮਾਈਨਸ 15 ਤੋਂ ਘੱਟ ਟੈਂਪਰੇਚਰ ਦੇ ਵਿੱਚ ਰੱਖਣਾ ਪੈਣਾ ਆ ਤੇ ਉਹਦੇ ਵਾਸਤੇ ਵੱਡੇ ਵੱਡੇ ਕੰਟੇਨਰ ਚਾਹੀਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਫ੍ਰਿਜ ਲਗਾਈ ਜਾਊਗੀ ਜਿੱਥੇ ਟੈਂਪਰੇਚਰ ਮਾਈਨਸ ਦੇ ਵਿੱਚ ਹੋਊਗਾ ਫਿਰ ਉਸ ਤੋਂ ਬਾਅਦ ਉਹ ਨਾਰਮਲ ਟੈਂਪਰੇਚਰ ਦੇ ਵਿੱਚ ਲਿਆ ਕੇ ਲੋਕਾਂ ਨੂੰ ਲਗਾਇਆ ਜਾਊਗਾ ਤੇ ਇਹਨਾਂ ਇੰਤਜ਼ਾਮ ਇੰਡੀਆ ਵਾਲੇ ਕਹਿ ਰਹੇ ਕਿ ਅਸੀਂ ਇੰਨਾ ਝੰਜਟ ਨਹੀਂ ਕਰ ਸਕਦੇ ਇਸ ਕਰਕੇ ਉਹ ਰਸ਼ੀਆ ਤੋਂ ਆਉਣ ਵਾਲਾ ਟੀਕਾ ਹੀ ਹੋ ਸਕਦਾ ਇਨ ਫਿਊਚਰ ਯੂਜ਼ ਕਰ ਸਕਦੇ ਤੇ ਇਹ ਸਾਰੀਆਂ ਗੱਲਾਂ ਦਾ ਜਨਵਰੀ ਦੇ ਵਿੱਚ ਪਤਾ ਲੱਗਣਾ ਆ ਵੀ ਕਿਹੜੀ ਕੰਪਨੀ ਦੇ ਟੀਕੇ ਕਿਹੜੀ ਕਿਹੜੀ ਕੰਟਰੀ ਜਿਹੜੀ ਆ ਕਿ ਲਗਵਾ ਰਹੀ ਹੈ ਉੱਥੇ ਗੱਲਬਾਤ ਕਰਾਂਗੇ ਜੀ ਈਜ਼ੀ ਜੈਟ ਦੀ ਈਜ਼ੀ ਜੈਟ ਵਾਲਿਆਂ ਨੇ ਕਿਹਾ ਹੈ ਕਿ ਸਾਨੂੰ ਆਪਣੇ 20 ਸਾਲ ਤੋਂ ਵੱਧ ਦਾ ਜਿਹੜਾ ਕਿ ਹੋ ਗਿਆ ਆ ਟਾਈਮ ਇਸ ਲਾਈਨ ਦੇ ਵਿੱਚ 에어ਲਾਈਨ ਸਾਡੀ ਨੂੰ ਹੋ ਗਿਆ ਹੈ ਕਿ ایਜ਼ੀ ਜੈਟ ਨੂੰ ਤੇ ਹੁਣ ਤੱਕ ਸਾਨੂੰ 1.41 ਬਿਲੀਅਨ ਯੂਰੋ ਦਾ ਜਿਹੜਾ ਕਿ ਘਾਟਾ ਪਿਆ ਇਸ ਕਰੋਨਾ ਵਾਇਰਸਾਂ ਕਰਕੇ ਸਾਨੂੰ ਕਦੇ ਵੀ ਜਿਹੜਾ ਕਿ ਇੰਨਾ ਘਾਟਾ ਨਹੀਂ ਪਿਆ ਉੱਥੇ ਗੱਲਬਾਤ ਕਰਾਂਗੇ ਜੀ 에어 에ਸ਼ੀਆ ਦੀ ਜਿਹੜੀ ਕਿ ਇੰਡੀਆ ਤੋਂ ਮਲੇਸ਼ੀਆ ਸਿੰਗਾਪੁਰ ਇਧਰਲੇ ਆਸ-ਪਾਸੇ 에ਸ਼ੀਆ ਦੇ ਵਿੱਚ ਹੀ ਚੱਲਦੀ ਹੈ ਤੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਹ 에어ਲਾਈਨ ਇੰਡੀਆ ਦੇ ਵਿੱਚੋਂ ਬੰਦ ਹੋ ਸਕਦੀ ਵਿਚਲੀ ਖਬਰ ਇਹ ਵੀ ਆ ਰਹੀ ਹੈ ਉਹ ਵੀ ਕਰੋਨਾ ਵਾਇਰਸ ਦੇ ਘਾਟੇ ਕਰਕੇ ਜਿਹੜੀ ਕੰਪਨੀ ਬਹੁਤ ਜ਼ਿਆਦਾ ਘਾਟੇ ਦੇ ਵਿੱਚ ਜਾ ਰਹੀ ਹੈ ਜੀ ਹੁਣ ਗੱਲ ਕਰਾਂਗੇ ਜੀ ਕੇਸਾਂ ਦੀ ਜਿਹੜੇ ਫਰਾਂਸ ਦੇ ਵਿੱਚ ਕੇਸ ਸਾਹਮਣੇ ਆਏ ਨੇ ਜੀ 9406 ਤੇ ਮੌਤਾਂ ਦੀ ਗਿਣਤੀ 506 ਤੇ ਠੀਕ ਕਰੋਨੇ ਦੀ ਗਿਣਤੀ 1070 ਵੀਡੀਓ ਨੂੰ ਜੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਤੁਸੀਂ ਸ਼ੇਅਰ ਕਰਕੇ ਸਕਰੀਨਸ਼ਾਟ ਘੱਲ ਕੇ ਮੈਨੂੰ WhatsApp ਦੇ ਉੱਪਰ ਤੁਸੀਂ ਕੁਝ ਵੀ ਪੁੱਛ ਸਕਦੇ ਹੋ ਬਹੁਤ ਸਾਰੇ ਵੀਰਾਂ ਦੇ ਮੈਸੇਜ ਆਇਆ ਵੀਰ ਗੁੱਸਾ ਕਰਦੇ ਆ ਕਿ ਸਾਡੇ ਸਵਾਲ ਦਾ ਜਵਾਬ ਕਿਉਂ ਨਹੀਂ ਦਿੱਤਾ ਜਾਂਦਾ ਕਾਰਨ ਇਹ ਹੈ ਕਿ ਤੁਸੀਂ ਮੇਰੀ ਵੀਡੀਓ ਸ਼ੇਅਰ ਕਰੋ ਆਪਣੀ Facebook ਦੀ ID ਦੇ ਵਿੱਚ ਤੇ ਮੈਨੂੰ ਉਸ ਦੀ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਕਰੋ ਫਿਰ ਤੁਸੀਂ ਕੁਝ ਮਰਜ਼ੀ ਮੇਥੋਂ ਪੁੱਛੋ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਵਾਂਗਾ ਕਿਉਂਕਿ ਮੈਨੂੰ ਵੀ ਬਦਲੇ ਚ ਕੁਐਸਚਨ ਮਿਲਣਾ ਚਾਹੀਦਾ ਜੇ ਮੈਂ ਆਪਣਾ ਟਾਈਮ ਕੱਢ ਕੇ ਤੁਹਾਡੇ ਸਵਾਲ ਦਾ ਜਵਾਬ ਦੇ ਰਿਹਾ ਤੇ ਮੇਰਾ ਇਹੀ ਹੈ ਕਿ ਤੁਹਾਡੇ ਮੇਰੀ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ